मम्मी जी तुसी भी तत्ती तत्ती रोटी खा लो, मैं रोटी लाती। ना भाई मैं नहीं खांदी, बब्बू नू खवा दे, मैं तो नहा धो के खाऊंगी। आ भी पता नहीं कित्थे चले गए। आ उपर वा फोन सुनदा सुनदा चले गया। वे मुंडिया, वे बब्बू, बब्बू सुनदा कड़ा है गाया। की हो गया? ओ आके तत्ती तत्ती रोटी खा, कम नबेड़ सिलेंडर भराउण वाला आ, होर भी कम करन वाले ने। ਕਿਹੜਾ ਬਿੰਦ ਬਿੰਦ ਭਾਂਡੇ ਮਾਂਜੀ ਜਾਵੇ ਤੇ ਨਾਲੇ ਰੋਟੀਆਂ ਤੁਹਾਡੇ ਲਈ ਤੱਤੀਆਂ ਤੱਤੀਆਂ ਲਾਈ ਜਾਵੇ। ਹੈ ਵੀ ਬੰਦਾ 100 ਕੰਮ ਕਰਨ ਵਾਲਾ ਆ, ਕੰਮ ਨਵੇੜ। ਕੀ ਕਰਦਾ ਸੀ ਉੱਪਰ? ਉਹ ਫੋਨ ਜਾ ਗਿਆ ਜੀ ਮੇਰੇ ਅੜੀ ਦਾ। ਅੱਛਾ ਚਲ ਰੋਟੀ ਖਾ, ਸਿਲੰਡਰ ਭਰਾ ਕੇ ਲਿਆ ਫਿਰ। ਆ ਵੀ ਜਿਹੜਾ ਲਾਇਆ ਆ ਸਿਲੰਡਰ ਮੁੱਕਣ ਵਾਲਾ ਆ, ਕੀ ਪਤਾ ਕਿਹੜੀ ਵੇਲੇ ਮੁੱਕ ਜੇ। ਸਿਲੰਡਰ ਜਾਂ ਮੁਕਾ ਵੀ ਦਿੱਤਾ, ਹਜੇ 20 ਦਿਨ ਹੋਏ ਦੀ ਭਰਾਏ ਨੂੰ, 1100 ਦਾ ਆਉਦਾ ਸਿਲੰਡਰ। ਆਏ ਗਏ ਦਾ ਘਰ ਵਾ, ਚਾਹ ਤਾਂ ਬਿੰਦ ਬਿੰਦ ਬਾਅਦ ਬਣਦੀ ਆ। ਘੱਟ ਕਰ ਲਿਆ ਕਰੋ, ਰੋਟੀ ਚੁੱਲ੍ਹੇ ਤੇ ਲਾ ਲਿਆ ਕਰੋ। ਲੈ ਤਾਂ ਤਿੰਨ ਟਾਈਮ ਤਾਜੀ ਰੋਟੀ ਬਣਦੀ ਆ, ਖਲੀ ਚਾਹ ਚਾਹ ਨੂੰ ਹੁੰਦਾ ਰਿਸ਼ਤੇਦਾਰਾਂ ਖਾਤਰ। ਤੁਸੀਂ ਤਾਂ ਤੁਸੀਂ ਨਾ ਖਾਂਦੇ ਦੇ ਚੀਜ਼ ਤੋਂ ਲੈ ਜੀ ਸਾਰਾ ਕੁਝ ਸਿਲੰਡਰ ਤੇ ਸਿਲੰਡਰ ਤੇ। ਮੈਂ ਇੱਕ ਵਾਰੀ ਭਰਾਉ ਬਈ, ਆਪਾਂ ਤੋਂ ਨਹੀਂ ਹੁੰਦਾ ਨਾ ਚੱਕੀ ਜਾਵੇ ਢੋਲੀ, ਆਪਾਂ ਤੋਂ ਐਡੀ ਦੂਰ ਹੋ ਜਾਣਾ ਪੈਂਦਾ ਗੁਰਦੁਆਰੇ ਲਵੇ। ਨਾਲੋ ਪਾਣੀ ਪੀ ਲੈ ਭਰਾ ਦੇ ਸਿਲੰਡਰ। ਤੂੰ ਹੋਰ ਪਲੇਟ ਚ ਖਾ ਲੈ, ਮਾੜੀ ਮੋਟੀ ਸੰਗ ਜੀ ਮੰਨ ਲਿਆ ਕਰ, ਬੀਬੀ ਭਾਪੇ ਹੋਰੇ ਫਿਰਦੇ ਨੇ। ਕਿਉਂ ਫਿਰ ਕੀ ਹੋ ਗਿਆ? ਪਹਿਲਾਂ ਵੀ ਤਾਂ ਆਪਾਂ ਇਕੱਠੇ ਹੀ ਖਾਂਦੇ ਆ, ਬੀਬੀ ਪਾਪਾ ਪਹਿਲਾਂ ਕਿਹੜਾ ਦੇਖਦੇ ਨੇ। ਚੱਲ ਜੇ ਪਹਿਲਾਂ ਇਕੱਠੇ ਖਾਂਦੇ ਤੀ, ਹੁਣ ਹੋਰ ਚ ਖਾ ਲੈ, ਹੁਣ ਸਾਰੀ ਉਮਰ ਇਕੱਠੇ ਖਾਈ ਜਾਵਾਂਗੇ। ਜਾ ਹੋਰ ਚ ਖਾ ਲੈ, ਪਾ ਕੇ ਜਾ ਹੋਰ ਪਲੇਟ ਪਾ ਲੈ। ਹੁਣ ਕੀ ਹੋ ਗਿਆ? ਪਹਿਲਾਂ ਵੀ ਤਾਂ ਆਪਾਂ ਖਾਂਦੇ ਹੀ ਹਾਂ। ਸਾਰੀਆਂ ਬੇਲਾਂ ਖਾ ਗਏ, ਨੁਕਸਾਨ ਕਰਕੇ ਖਾਲ ਢਾ ਗਏ। ਤੂੰ ਉਰੇ ਬੈਠਾ ਹੋਏ ਹੈ? ਉਈ ਕਿਉਂ ਬਹਿ ਗਿਆ ਉਰੇ? ਕੰਜਰ ਦੇ ਕੌਲੇ ਨਾਲ ਨਹੀਂ ਲੱਗੇ ਬੰਦੇ, ਤੜਕੀ ਤੜਕੇ ਮਾੜਾ ਹੁੰਦਾ ਹੈ। ਹੈਂ? ਉਈ ਬਹਿ ਗਿਆ। ਕੀ ਹੋ ਗਿਆ ਓਏ? ਕੁਛ ਨਹੀਂ। ਰੋਈ ਕਦੋਂ ਜਾਂਦਾ ਫਿਰ? ਮੈਂ ਕਿੱਥੇ ਰੋਣਾ ਵਾ? ਹੋਰ ਹੁਣ ਕੰਜਰ ਦੇ ਅੱਖਾਂ ਦਾ ਭਰੀ ਬੈਠਾ ਹੈ। ਹੋ ਚੱਲ ਖੜਾ ਹੋ ਜਾ ਅੰਦਰ, ਚੱਲ। ਬੜੀ ਵੱਡੀ ਬੇਇੱਜ਼ਤੀ ਹੋ ਗਈ ਬਾਪੇ ਕੱਲ ਬੱਚੀ ਚੋਦ। ਕੀ ਬੇਇੱਜ਼ਤੀ ਨੂੰ ਕੀ ਹੋ ਗਿਆ ਕੰਜਰ ਦੇ? ਹੋਰ ਮੇਰੇ ਸਾਲਿਆਂ ਨੇ ਸਾਰੀ ਪੰਚਾਇਤ ਦੇ ਸਾਹਮਣੇ ਪੈਰੀ ਹੱਥ ਲਵਾਏ, ਜਿਹੜਾ ਥੱਪੜ ਮਾਰਿਆ ਨਾ ਮੇਰੇ ਸਾਲੇ ਨੇ, ਰੜਕੀ ਜਾਂਦਾ ਮੇਰੇ ਉਹ ਲਾਂਗੜੇ ਜੀ ਦੀ ਲੱਤ ਤੋੜੂ ਪਾਪੇ। ਮੈਂ ਜਿੱਥੇ ਮਰਜ਼ੀ ਮਿਲ ਜੇ ਮੈਨੂੰ, ਮੇਰੇ ਨਾਲ ਟਾਈਮ ਬੰਨਣ ਉਹਨੇ ਟਾਈਮ ਬੰਨਣੇ, ਭੈਣ ਦੇ ਯਾਰ ਨੂੰ ਛੱਡਦਾ ਨਹੀਂ ਮੈਂ। ਐਵੇਂ ਤੋੜ ਦੇਗਾ ਲੱਤ ਤੂੰ ਦੇ? ਹੈਂ ਕਹਿੰਦੇ ਤੇ ਉਹਦੀ ਸਰਾਂ ਥਾਣੇ ਦਰਬਾਰੇ ਪੁੱਛ ਪੜਤਾਲ ਖਾਸੀ ਹੈ। ਹੋਈ ਜਾਵੇ ਫਿਰ, ਡਰਦਾ ਹੈ ਉਹ। ਡਰਦਾ ਡਰਦਾ ਕੌਣ ਹੁੰਦਾ ਪੁੱਤ? ਹੋ ਬਦਨਾਮੀ ਤੋਂ ਡਰ ਲੱਗਦਾ ਆਪਾਂ ਨੂੰ ਤਾਂ। ਹੈਂ ਤੈਨੂੰ ਪੁਲਿਸ ਚੱਕ ਕੇ ਲੈ ਜੂਗੀ, ਤੇਰੀ ਮਾਂ ਤੇ ਮੈਂ ਅਸੀਂ ਦੋਨੇ ਕਚਹਿਰੀਆਂ ਧੱਕੇ ਖਾਂਦੇ ਫਿਰੀਆਂ ਵਕੀਲਾਂ ਕੋਲੇ। ਮਾੜੇ ਬੰਦੇ ਤੇ ਤਾਂ ਬਾਪੇ ਹਰੀਕ ਹੀ ਚੜ ਕੇ ਆ ਜਾਂਦਾ, ਭੈਣ ਦੀ ਤਾਕੜਾਂ ਦੇ ਤਾਂ ਉਹ ਸਿੱਟੇ ਮਾਰਦੇ ਨੇ ਲੈ ਕੇ ਡੋਲੂ। ਚੱਲ ਸਾਰੇ ਮਾੜੇ ਦੇ ਧੱਕੇ ਆਉਂਦੇ ਨੇ, ਜਿਹੀ ਜੀ ਕਰਤੂਤੀ ਦਿਖਾਤੀ ਉਹਨੇ ਕੰਜਰ ਦੇ, ਦੱਸ ਕੇ ਉਹਨੇ ਮੈਨੂੰ ਫਿਰ ਮਾਰ ਲੈਂਦੇ ਥੱਪੜ ਮੇਰੇ। ਜਿਹੀ ਜੀ ਕਰਤੂਤੀ ਦਿਖਾਤੀ ਉਹਨੇ? ਹੈ ਕੌਣ ਕੁੱਟ ਦਿੰਦਾ ਜਮਾਈ ਭਾਈ ਨੂੰ ਭਾਈ ਪੰਚਾਇਤਾਂ ਦੇ ਵਿੱਚ? ਹੋ ਇਹ ਤਾਂ ਮਾੜੀ ਮੋਟੀ ਸੰਗ ਸ਼ਰਮ ਉਹਨਾਂ ਨੂੰ ਚਾਹੀਦੀ ਸੀ। ਚੱਲ ਕੋਈ ਗੱਲ ਨਹੀਂ ਪੁੱਤ, ਅਸੀਂ ਸਮਝ ਲੈ, ਕਹਿੰਦਾ ਚੱਕੜ 'ਤੇ ਡਿੱਗੇ ਦਾ
है पंचायत दे कोटे दा गुस्सा नहीं करदे हुंदे मार गुस्से नूं आपां की लैणा है अपन तां बहू तक मतलब दी अपनी बहू अपने घरे आ गई हो ਉਹੀ ਲੈਣ ਗਏ ਬਾਪੇ ਨੂੰ ਆਪਾਂ ਕੀ ਫਾਇਦਾ ਤੀ ਆਪ ਹੀ ਆ ਜਾਂਦੀ 2 ਸਾਲਾਂ ਨੂੰ ਕਿੰਨਾ ਕੁ ਟਾਈਮ ਰੱਖ ਲੈਂਦੇ ਕਿਉਂ ਕਿਉਂ ਨਹੀਂ ਲੈਣੀ ਜਾਂਦੇ ਓਏ ਹੈ ਕੰਜਰ ਦਾ ਨੂੰ ਤੀ ਘਰ ਦੀ ਇੱਜ਼ਤ ਹੁੰਦੀ ਹੈ ਹੋ ਉੱਥੇ ਬੈਠੀ ਰਹੂਗੀ ਭੈਣ ਦੀ ਕੋਈ ਇੱਜ਼ਤ ਆਪਣੀ ਹੋਇਆ ਤੇ ਇਸੇ ਕਰਕੇ ਸਾਰਾ ਕੁਝ ਜੇ ਨਾ ਜਾਂਦੇ ਕਾਣ ਹੋਇਆ ਓਏ ਕਾਣ ਹੋਇਆ ਕੰਜਰ ਦਾ ਇਹ ਤਾਂ ਵਿਚਾਰੀ ਬਿਰਬਰ ਕਰਦੀ ਸੀ ਓਏ ਇੱਥੇ ਤੇ ਕਿਵੇਂ ਰੋਂਦੀ ਸੀ ਹੈ ਕਿਵੇਂ ਤੇਰੀ ਭੂਆ ਦੇ ਗੱਲ ਲੱਗ ਲੈ ਕਹਿੰਦੀ ਭੂਆ ਜੀ ਮੈਂ ਤਾਂ ਨਾਲੇ ਜਾਊਂ ਤੁਹਾਡੇ ਨਾਲੇ ਜਾਊਂਗੀ ਇਹਦਾ ਕਸੂਰ ਨਹੀਂ ਹੈਗਾ ਸ਼ੇਰਾ ਕਸੂਰ ਆ ਭੈਣ ਦੇ ਖਸਮਾ ਉਂਗਲੀਆਂ ਲਾਉਣ ਵਾਲਿਆਂ ਦਾ ਜੇ ਨਾ ਉਂਗਲੀਆਂ ਲਵਾਉਂਦੀ ਫੇਰ ਹੈ ਉਹ ਚੱਲ ਜਵਾਕੜੀ ਐ ਜਵਾਕੜੀ ਇਹਨੂੰ ਪਤਾ ਕੀ ਐ ਹੈ ਜਵਾਕੜੀ ਐ ਇਹਦੇ ਇਹਨੂੰ ਇਹਨੂੰ ਹਜੇ ਘਰ ਘੁਰ ਬਾਰੇ ਕੁਛ ਨਹੀਂ ਪਤਾ ਆਪਣੇ ਪਿੰਡ 'ਚ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਾ ਬੰਦੇ ਨੇ ਹੈ ਮੇਰੇ ਸਾਲਿਆਂ ਨੇ ਥੱਪੜ ਮਾਰ ਕੇ ਇਹਦੇ ਨਾਲੋਂ ਵੀ ਮਨ ਫਿੱਕਾ ਪਾਤਾ ਮੇਰਾ ਤਾਂ ਪਾਪੇ ਦੇ ਨਾਲ ਮਨ ਮਿਲਦਾ ਨਹੀਂ ਹੁੰਦਾ ਕਿਉਂ ਨਹੀਂ ਮਿਲਦਾ ਗਾ ਮਨ ਹੈ ਕੰਜੇ ਦਾ ਸਿਰ ਨਾ ਵੇਖ ਲੈਂਦੀ ਆਪਾਂ ਨੇ ਲਿਆਤੀ ਹੈ ਲਿਆਤੀ ਸਹੀ ਮੁੱਲ ਦੀ ਲੈ ਕੇ ਆਏ ਹਾਂ ਆਪਾਂ ਇਹ ਜਿਹੀ ਨਹੀਂ ਬੋਲੀਆਂ ਗੱਲਾਂ ਕਰਦੇ ਹੁੰਦੇ ਤੇਰੀਆਂ ਤਿੰਨ ਭੈਣਾਂ ਨੇ ਭਲਾਂ ਜੇ ਉਹ ਕੱਢਤੀਆਂ ਕਿਸੇ ਨੇ ਫੇਰ ਹੈ ਮਾੜਾ ਮੋਟਾ ਕੰਜਦਿਆ ਪਰਿਵਾਰ ਕਿ ਨਹੀਂ ਦੇਖ ਪਿੱਛੇ ਤਿੰਨ ਤੇਰੇ ਭੈਣਾਂ ਨੇ ਹੈ ਅਸੀਂ ਦੋਏ ਤੇਰੇ ਮਾਂ ਬਾਪ ਬੜੇ ਠਹਿਰੇ ਅਸੀਂ ਹਾਂ ਹੋ ਸਾਨੂੰ ਕੌਣ ਰੱਖੂ ਇੱਥੇ ਉਹਦਾ ਸਾਰੀ ਰਾਤ ਨੀਂਦ ਨਹੀਂ ਭੈਣ ਦੇ ਉਹੀ ਸੀਨ ਆਈ ਚੱਲ ਕੋਈ ਨਾ ਪੁੱਤ ਕੋਈ ਨਾ ਗੁੱਸਾ ਮਾਰ ਤੂੰ ਚਾਰ ਕੇ ਉਹਦਾ ਕੀ ਮਾੜਾ ਕਰਿਆਗਾ ਸਰੂਪ ਜੇ ਦਾ ਚੱਲ ਜਿਹੋ ਜਿਹੇ ਭੈਣ ਦੇ ਖਸਮ ਦੀ ਕਰਤੂਤੀ ਦਿਖਾਤੀ ਉੱਥੇ ਉਹਨੇ ਬੱਚੀ ਚੋਦ ਨੇ ਹੈ ਪਰਮਾਤਮਾ ਹੈਗਾ ਕਿ ਨਹੀਂ ਹੈਗਾ ਕੁਝ ਨਹੀਂ ਪਰਮਾਤਮਾ ਆਪ ਹੀ ਦੇਖੂਗਾ ਜੇ ਬੰਦੇ ਨੂੰ ਦੇਖੂਗਾ ਪਰਮਾਤਮਾ ਯਾਰ ਕਿੰਨਾ ਕੁ ਟਾਈਮ ਰਹਿ ਜੂ ਰਿਹਾ ਉਹ ਐਵੇਂ ਸਰਕਾਰਾਂ ਬਦਲੀਆਂ ਐਵੇਂ ਭੈਣ ਦਾ ਖਸਮ ਉਹ ਬਦਲ ਜੂ ਹੋ ਕਦੇ ਨਾ ਕਹਿੰਦਾ ਸੋਚ ਬਦਲੂ ਉਹਨੂੰ ਮੇਰਾ ਸ਼ੇਰਾ ਕਰਕੇ ਦਿਖਾ ਦੇ ਹੁਣ ਕੁਛ ਕਰਕੇ ਤੇਰੇ ਸਹੁਰਿਆਂ ਨੂੰ ਤੇਰੇ ਸਹੁਰੇ ਕਹਿੰਦੇ ਕਹਿੰਦੇ ਮਲੰਗ ਹੈ ਇੱਕ ਨੰਬਰ ਦਾ ਇਹ ਹੈ ਮੇਰਾ ਸ਼ੇਰ ਬਣ ਕੇ ਕੰਮ ਕਰਨ ਲੱਗ ਜਾ ਕੋਈ 2 ਰੁਪਏ ਕਮਾਉਣ ਲੱਗ ਜਾ ਉਹਨੂੰ ਕਰਕੇ ਦਿਖਾ ਦੇ ਮੇਰਾ ਕਿਹੜਾ ਜੀ ਨਹੀਂ ਕਰਦਾ ਭਾਪੇ ਕੋਈ ਕੰਮ ਹੀ ਨਹੀਂ ਹੈਗਾ ਮੈਂ ਕਿੱਥੇ ਲੱਗਾ ਐਂ ਦੱਸ ਮੈਨੂੰ ਕੰਮ ਆ ਬਿਆਸੀ ਹੁਣ ਕਹਿ ਦਾਂਗੇ ਉਹਦੀ ਚੀਮੇ ਚੂਮੇ ਨਾਲ ਵਧੀਆ ਉਹਦੀ ਕੰਜਰਾਂ ਦੀ ਹੋ ਕਿਤੇ ਨਾ ਕਿਤੇ ਛੋਟੀ ਮੋਟੀ ਨੌਕਰੀ 'ਤੇ ਅੜਕ ਜਾਏਗਾ ਕੋਈ ਨੌਕਰੀਆਂ ਨਹੀਂ ਮਿਲਦੀਆਂ ਕੁਛ ਨਹੀਂ ਹੁੰਦਾ ਨੌਕਰੀ ਨਹੀਂ ਮਿਲਦੀਆਂ ਭੈਣ ਦਾ ਆਪਣੇ ਕੋਲ ਹੈਗਾ ਆਪਣੇ ਫਸਲ ਵਿੱਚ ਠੇਕੇ 'ਤੇ ਲੈ ਲਿਆ ਕਰਾਂਗੇ ਵਾ ਵਾਹਣ ਇੰਨਾ ਡਿਗਰੀਆਂ ਵਾਲੇ ਮੁੰਡੇ ਫੈਕਟਰੀਆਂ 'ਚ ਲੱਗ ਰਹੇ ਨੇ ਦਾਰੂ ਵਾਲੀਆਂ 'ਚ ਆਹ ਦੇਖ ਲੈ ਮੈਂ ਕਦੇ ਡੂੰਘੇ ਲਾ ਲਾ ਹਲ ਵੀ ਤੇਰੀ ਘਰੇ ਨੌਕਰੀ ਆ ਭੈਣ ਦਾ ਪਤਾ ਖੇਤ ਰਾਜੇ ਆ ਆਪਾਂ ਤਾਂ ਕੋਈ ਨਾ ਆਪਾਂ ਕਮਾਈ ਉੱਪਰ ਮਿਹਨਤ ਕਰਕੇ ਆਪਾਂ ਮੂਹਰੇ ਨਿਕਲ ਕੇ ਦਿਖਾ ਦਾਂਗੇ ਉਹਨੂੰ ਹੋ ਗੋਲਡ ਮੈਡਲ ਲੈ ਕੇ ਹੋ ਖਿਡਾਰੀ ਮੇਰੇ ਨਾਲ ਦੇ ਮੁੰਡੇ ਇਹਦਾ ਗੋਡੇ ਰਹਿ ਗਏ ਪੁੱਤ ਜਮੀ ਕੀ ਕਰਨਾ ਆਪਾਂ ਨੇ ਲੜ ਕੇ ਕਿਸੇ ਨਾਲ ਉਹ ਤਾਂ ਭੈਣ ਦੇ ਖਸਮ ਹੈਗੇ ਨੇ ਜਿਹੇ ਜਿਹੇ ਹੈਗੇ ਨੇ ਹੈ ਹੁਣ ਮਾਰਨ ਜਮਾਈ ਭਾਈ ਦੇ ਕੋਈ ਮਾਰਨਾ ਪੰਚਾਇਤਾਂ 'ਚ ਥਾਪੜੇ ਕਰਤੂਤ ਦਿਖਾਉਣੀ ਦੀ ਦਿਖਾਤੀ ਜਿਹੀ ਜੀ ਹੈ ਆ ਜਾ ਤਾਂ ਉਹਨਾਂ ਨਾਲ ਵਰਤਣਾ ਹੋਊ ਵਰਤ ਲਈ ਪੁੱਤ ਨਾ ਵਰਤਣਾ ਹੋਊ ਨਾ ਵਰਤੀ ਗੁੱਸਾ ਗੱਲਾਂ ਛੱਡਾ ਚੱਲੀ ਐਵੇਂ ਨਹੀਂ ਰੋਂਦੇ ਹੁੰਦੇ ਹੈਗੇ ਆ ਜਾ ਰੋਟੀ ਖਾ ਲੈ ਮੈਂ ਤਾਂ ਖਾਇਆ ਆ ਆਪਾਂ ਹੁਣ ਸਪਰੇ ਕਰਾਂਗੇ ਕਿਤੇ ਜਾਈ ਨਾ ਪੁੱਤ ਬਣ ਕੇ ਫਿਰ ਆਪਾਂ ਸਪਰੇ ਕਰਕੇ ਆੜ ਤੋਂ ਪੈਸੇ ਫੜ ਕੇ ਲਿਆਵਾਂਗੇ ਮੈਂ ਤਾਂ ਮੋਟਰ ਰਜਿਸਟਰੀ ਕਰਾ ਲਾਂਗੇ ਨਾ ਆਪਾਂ ਇਹਦੇ ਮੋਟਰ ਤੇ ਜਾ ਕੇ ਬਣਾਵਾਂ ਜਿਹੜੀ ਗੱਲ ਕਰਮੀ ਦੀ ਕਿਧਰੇ ਨਹੀਂ ਜਾਣਾ ਮੋਟਰ ਦੇ ਇੱਧਰ ਚੱਲ ਕਰੇ ਇੱਥੇ ਆ ਜੀ ਤੂੰ ਤੂੰ ਇੱਧਰ ਚੱਲ ਮੋਟਰ ਮਟਰ ਤੇ ਨਹੀਂ ਆਣਾ ਕਿਤੇ ਚੱਲ ਕਰੇ ਅਰੇ ਮਾਪੇ ਮਰ ਖਾਇਆ ਆ ਰੋਟੀ ਆ ਓਏ ਕਰੇ ਚੱਲ ਤੂੰ ਚੋਦਾ ਆਪਣੇ ਮੇਰੇ ਨਾਲ ਚੱਲੀ ਖੇਤ ਐ ਫਿਰਦੇ ਹੁੰਦੇ ਨੇ ਕਦੇ ਚੱਲ ਅੰਦਰ ਚਾਹ ਬਣਾ ਦੀ ਨਾਲੇ ਲੈ ਦੱਸ ਹੁਣ ਤਾਂ ਰੋਟੀ ਖਾਂਦਾ ਰਿਹਾ ਲੈ ਚਾਹ ਬਣਾ ਦੇ ਉੱਥੇ ਓ ਮੇਰੇ ਵਾਸਤੇ ਨਹੀਂ ਚਮਜਾਤੇ ਸਪਰੇ ਕਰਾਂ ਖੇਤ ਉਹਨਾਂ ਵਾਸਤੇ ਬਣਾ ਦੇ ਕਿੰਨੇ ਬੰਦੇ ਆ ਹੈਗੇ ਨਾ 6-7 ਜਣੇ ਤੂੰ ਖੇਤ ਬਾਗ ਜੀ ਮੈਂ ਮਗਰ ਚਾਹ ਲੈ ਕੇ ਆ ਜਾਊਂਗੀ ਨਾਲੇ ਐਂ ਕਰੀ ਆ 500 ਰੁਪਈਆ ਤਾਂ ਦੇਈ ਕਾ ਕੀ ਕਰਨਾ 500 ਦਾ ਨਰਾਲੇ ਬਾਬੇ ਦੇ ਦਰਸ਼ਨ ਕਰਨ ਜਾਣਾ ਸਾਰੀ ਸੰਗਤ ਨੇ ਸਲਾਹ ਬਣਾਈ ਆ ਦੇਸੀ ਘਿਓ ਦੀ ਪੰਜੀਰੀ ਰਲਾ ਕੇ ਆਉਣੀ ਆ ਚਾ ਜਾਪਾ ਹੋਇਆ ਤੇਰੇ ਨਰਾਲੇ ਬਾਬੇ ਕੋਲੇ ਪੰਜੀਰੀ ਲਾਉਣ ਤੂੰ ਨਾ ਕਦੀ ਸਿੱਧੀ ਗੱਲ ਕਰੀ ਜਾਪਾ ਹੋਇਆ ਪੂਰਾ 31 ਸੌ ਅੰਗਰੇਜ਼ਾਂ ਦਾ ਤਾਰ ਕੇ ਆਇਆ ਇੰਗਲੈਂਡ ਵਿੱਚ ਬਾਬੇ 'ਚ ਆ ਕੇ ਕਮਜ਼ੋਰੀ ਹੁਣ ਸਾਰੀ ਸੰਗਤ ਨੇ ਅਸੀਂ ਕਿਹਾ ਦੇਸੀ ਘਿਓ ਦੀ ਪੰਜੀਰੀ ਬਣਾ ਕੇ ਬਾਬੇ ਨੂੰ ਦੇ ਕੇ ਆਉਂਦੇ ਹਾਂ ਤੂੰ ਪੁੱਠਾ ਹੀ ਬੋਲਿਆ ਕਰ ਜਦੋਂ ਬੋਲਦਾ ਆਹ ਤੂੰ ਰਹਿਣ ਦੇ ਮੇਰੇ ਸਾਲ ਦੀ ਮੈਂ ਹੁਣ ਦੇ ਦੂੰ ਸੇਵੀਆਂ ਤੂੰ ਨਾ ਕੋ ਸਿੱਧਾ ਕੰਮ ਕਰੀ ਕੀ ਕਰੇਂਗੀ ਜਾਂ ਕਦੇ ਮਲੰਗ ਕੋਲੇ ਦੇ ਕੋਲੇ ਲੈ ਮਲੰਗ ਬਹੁਤਾ ਨਾ ਬੋਲ ਤੈਨੂੰ ਮੈਂ ਦੱਸਦਾ ਠੇਕੇ ਦੇ ਭਾਵੇਂ ਤੈਨੂੰ 24 ਘੰਟੇ ਤੋਰੀ ਰੱਖ ਫੇਰ ਕਹਦਾ ਹੁੰਦਾ ਸਰਜੀਤ ਕੌਰ ਬੋਲਦੀ ਆ ਮੇਰੀ ਗੱਲ ਸੁਣ ਲੈ ਮੈਨੂੰ ਦੇ ਨਾਲੇ ਮੈਂ ਦੱਸਦਾ ਤੜਕੇ ਮੈਂ ਜਾਣਾ ਆ ਕੱਲ ਨੂੰ ਕਿਤੇ ਨਹੀਂ ਜਾਣਾ ਆਪਾਂ ਰਜਿਸਟਰੀ ਕਰਾਉਣੀ ਆ ਜਿਹੜੀ ਉੱਥੇ ਕਰਮ ਕਿਆ ਆ ਨੂੰ ਦੇ ਨਾ ਵਾਹਨ ਕਰਾਵਾਂਗੇ ਉੱਥੇ ਕੋਈ ਨਹੀਂ ਆਪੇ ਜਾਏਗਾ ਉੱਥੇ ਮੈਂ ਤਾਂ ਜਾਊਂਗੀ ਮੈਂ ਨਹੀਂ ਹਫਤਾ ਆਉਂਦੀ ਮੜ ਕੇ ਮੈਂ ਦੱਸਦਾ ਤੜਕੇ ਕੀ ਹੋਣੀ ਉੱਥੇ ਜਾ ਕੇ ਹੈ
ਕੁੜੀ ਚੋਦਾ ਗੀਤ ਗਾਈ ਜਾਂਦਾ ਉਹ ਸ਼ਕਤੀਆਂ ਆ ਬਾਬੇ ਦੀਆਂ ਸ਼ਕਤੀਆਂ ਮੰਨ ਲਾ ਭੋਰਾ ਮਨ ਸਮੱਤਿਆ ਤੇਰੇ ਵੀ ਪੈ ਜਾਊਗੀ ਤੈਨੂੰ ਤਾਂ ਠੇਕਾ ਹੋਵੇ ਅੰਬੂਤ ਪੀਣ ਨੂੰ ਤੈਨੂੰ ਜਿੰਨਾ ਮਰਜ਼ੀ ਹੋਵੇ ਰਹਿਣ ਦਾ ਛਣਕਣਾ ਨੇ ਇਹਦੇ ਵਿੱਚ ਸ਼ਕਤੀਆਂ ਜੇ ਤੇਰੀ ਹਿੰਮਤ ਹੋਵੇ ਹੈਨਾ ਤੂੰ ਕ ਚੱਲਾਵੇਂ ਆਪਣੇ ਘਰ ਦੇ ਵਿੱਚ ਤੂੰ ਤਾਂ ਠੇਕਾ ਘਰੇ ਹੀ ਖੋਲਵੇਂ ਇਹ ਤਾਂ ਬਸ ਐਂ ਨਹੀਂ ਮੇਰੇ ਕੋਲੇ ਤੇਰੇ ਪੈਸੇ ਜਾਣ ਨੂੰ ਕਿਤੇ ਨਹੀਂ ਜਾਣਾ ਕਿਤੇ ਚਾਕੇ ਮੂੰਹ ਤੜਕੇ ਤੁਰ ਜੇ ਰਜਿਸਟਰੀ ਕਰਾਉਣੀ ਆ ਜਮਾਨ ਦੇ ਕੇ ਆ ਇੱਥੇ ਮੈਂ ਪੰਚਾਇਤ ਚ ਦੇ ਦੇ ਝੋਦੀ ਬਣੀ ਹੈ ਨਹੀਂ ਮੇਰੇ ਕੋਲੇ ਪੈਸੇ ਚੰਦ ਚਾੜਿਆ ਸੀ ਦੇ ਦੇ 500 ਰੁਪਈਆ ਮੈਂ ਕੀ ਹੋਰ ਖਸਮ ਰੱਖਿਆ ਪੈਸੇ ਲੈਣ ਨੂੰ ਮੈਂ ਕਹੀਂ ਮਰੂ ਸਿਰ ਤੇ ਮੇਰੇ ਸਣੀ ਜੀ ਦੇ ਤੇ ਤੋ ਨਹੀਂ ਮੰਗਣੇ ਤਾਂ ਹੋਰ ਕਹਿੰਦੇ ਤਾਂ ਮੰਗਣੇ ਆ ਮੈਂ ਲੱਗ ਜਾਂਦੀ ਐ ਜਿਵੇਂ ਪੰਦਾ ਬੰਦਾ ਕਿਰਾਏ ਤੇ ਰੋਟੀ ਖਾਣ ਆਉਂਦਾ ਘਰੇ ਨਾ ਚੰਗਾ ਕੰਮ ਕਰੇ ਨਾ ਕਰਨ ਦੇਵੇਂ ਮੈਂ ਚੰਗੇ ਕੰਮ ਨੂੰ ਕੀ ਚੰਗਾ ਕੰਮ ਉੱਥੇ ਨਹੀਂ ਕੀ ਹੁੰਦਾ ਚੰਗਾ ਕੰਮ ਉੱਥੇ ਤੈਨੂੰ ਪਤਾ ਨਹੀਂ ਮੰਦਾ ਬੋਲ ਨਾ ਬੋਲੀ ਬਾਬੇ ਨੂੰ ਮੰਦਾ ਬੋਲ ਨਾ ਬੋਲੀ ਪਛਤਾਏਗਾ ਪਛਤਾਏਗਾ ਹਾਂ ਤੈਨੂੰ ਮੈਂ ਦੱਸਦਾ ਪਛਤਾਏਗਾ ਕਿਤੇ ਨਰਾਲੇ ਬਾਬੇ ਨੂੰ ਕੁਛ ਕਹਿ ਨਾ ਦੇਈ ਤੈਨੂੰ ਪਤਾ ਨਹੀਂ ਹਜੇ ਉਹਦੀਆਂ ਸ਼ਕਤੀਆਂ ਦਾ ਕਹੀ ਮਰੂ ਸਿਰ ਚ ਮੇਰੇ ਸਾਲ ਦੀ ਝੋਦੀ ਬਣੀ ਨਰਾਲੇ ਬਾਬੇ ਦੀ ਪਤਨੀ ਭੈਣ ਦੇ ਖਸਮਾਂ ਨੇ ਕੀ ਸਿਰ ਚ ਘੋਲ ਕੇ ਪਾਤਾ ਭੌਂਕਦਾ ਕਿੱਦਾਂ ਆ ਇਹ ਝੋਦੀ ਬੋਲੀ ਜਾ ਦੁਪਹਿਰੇ ਕਿੱਦਾਂ ਚੌਰਾ ਲੌਂਗੜਾ ਤੂੰ ਨਾ ਕੁਛ ਕਰਨ ਦੇ ਸਾਨੂੰ ਸੜਕਣਾ ਫਣ ਜਾਵੇਂਗੀ ਉੱਥੇ ਤੂੰ ਘਰੇ ਕੰਮ ਕਰ ਲੋ ਬਹੁਤਾ ਨਾ ਭੌਂਕੀ ਚੱਲ ਝੋਦੀ ਸੁਣੂਗਾ ਮੈਂ ਤੋ ਕੁਛ ਹੋਰ ਬੇ ਸੁਣੂਗਾ ਨਾ ਕੁਛ ਹੋਰ ਸਾਲ ਕਿਨੇ ਦਾ ਮਿਲਦਾ ਜੈਂਪਰ ਮੱਚ ਗਿਆ ਓਏ ਹਾਂ ਉਹ ਉੱਡਿਆ ਹੋਇਆ ਹੈ ਹਾਂ ਪਲਾਸ ਹੈਗਾ ਉਰੇ ਤੂੰ ਆਪਣਾ ਪੰਗਾ ਲੈ ਤੂੰ ਐ ਕਰ ਹਾਂ ਯਾਰ ਨਾਜਰ ਨੂੰ ਬੁਲਾ ਕੇ ਲੈ ਕੇ ਆ ਭੱਜ ਕੇ ਜਾ ਕਹਿ ਮੇਰੇ ਪਾਪੇ ਨੇ ਬੁਲਾਇਆ ਤੈਨੂੰ ਖੇਤਾ ਨਾਜਰ ਨੂੰ ਤਾਂ ਮੈਂ ਲਾ ਦਿੰਨਾ ਨਾਜਰ ਕਿੱਥੇ ਓਏ ਬੱਚੀ ਚੋਦਿਆ ਨਾਲ ਲੱਗ ਜਾਏਗਾ ਤਾਰਾਂ ਕਿੰਨੀਆਂ ਭੜੀਆਂ ਨੇ ਹੈ ਚੰਗਾ ਭੱਜ ਕੇ ਜਾ ਨਾਲੇ ਪਲਾਸ ਚੱਕ ਲਈ ਕਰੋ ਉਹਦੇ ਕੋਲ ਪਲਾਸ ਨਹੀਂ ਹੁੰਦਾ ਕਈ ਵਾਰੀ ਪਲਾਸ ਤਾਂ ਰੱਖਦਾ ਉਹ ਜਾ ਭੱਜ ਕੇ ਜਾ ਘਰੋਂ ਚੱਕ ਲਈ ਪਲਾਸ ਹੋਰ ਵੀ ਲੋੜ ਰਹਿੰਦੀ ਹੈ ਨਟ ਨੁਟ ਕਸਣ ਦੀ ਚੰਗਾ ਸਾਰੇ ਸੰਦ ਘਰੇ ਚੱਕ ਕੇ ਲੈ ਜਾਂਦੇ ਹੋ ਲੈ ਦੱਸ ਆ ਮੋਟਰ ਵੀ ਚੱਲਦੀ ਛੱਡ ਗਿਆ ਚੱਲ ਚੱਲ ਪਾਣੀ ਚੋਈ ਜਾਂਦਾ ਟੈਂਕੀ ਚੋਂ ਕਮਾਲ ਹੀ ਕਰਦੇ ਆ ਲਓ ਮੰਮੀ ਜੀ ਚਾਹ ਬਣਾਤੀ ਮੈਂ ਐਂ ਕਰ ਬਾਟਾ ਵੀ ਲਿਆ ਤੇਰੇ ਪਿਓ ਦਾ ਪਤਾ ਨਹੀਂ ਬਾਟੇ ਤੇ ਬੋਲਣ ਲੱਗ ਜਾਵੇ ਮੇਰੇ ਲਈ ਬਾਟਾ ਨਹੀਂ ਲਿਆਂਦਾ ਦਿੰਦੀ ਹਜੇ ਤਾਂ 600 ਯੂਨਿਟ ਬਿਜਲੀ ਮਾਫ ਆ ਜੇ ਕਿਤੇ ਵਾਧੂ ਫੁੱਕ ਕੇ ਬਿੱਲ ਆਊਗਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਤੂੰ ਆ ਗਈ ਪ੍ਰੀਤ ਹਾਂਜੀ ਕਦੋਂ ਆਈ ਆ ਮੈਂ ਪਰਸੋਂ ਆਈ ਆ ਮਾਸੀ ਕਿੱਥੇ ਗਈ ਆ ਮੰਮੀ ਤਾਂ ਡੈਡੀ ਉਹਨਾਂ ਨੂੰ ਚਾਹ ਦੇਣ ਗਏ ਨੇ ਖੇਤ 'ਚ ਕੰਮ ਚੱਲ ਰਿਹਾ ਅੱਛਾ ਮੈਂ ਤਾਂ ਨਾ ਸੁਨੇਹਾ ਜਿਹਾ ਲਾਉਣ ਆਈ ਸੀ ਸਵੇਰੇ ਅਸੀਂ ਸਤਸੰਗ 'ਤੇ ਜਾਣਾ ਉਹਨੂੰ ਕਹਿ ਦੀ ਮਾੜਾ ਜਿਹਾ ਆਪ ਹੀ ਆ ਗਈ ਕਿ ਕੋਈ ਲੈਣ ਗਿਆ ਸੀ ਬੱਬੂ ਲੈ ਕੇ ਆਇਆ ਜੀ ਚੱਲ ਵਧੀਆ ਗੁੱਸੇ ਗਿੱਲੇ ਤਾਂ ਘਰਾਂ 'ਚ ਹੁੰਦੇ ਰਹਿੰਦੇ ਨੇ ਕਿੰਨਾ ਕੁ ਟਾਈਮ ਪੇਖ ਕੇ ਬੈਠੀ ਰਹਿੰਦੀ ਹੈ ਨਾ ਇਹ ਤਾਂ ਹੈ ਦੋ ਪਰਿਵਾਰਾਂ 'ਚ ਗੁੱਸਾ ਗਿੱਲਾ ਤਾਂ ਹੋ ਹੀ ਜਾਂਦਾ ਚੱਲ ਕੋਈ ਨਾ ਚੱਲ ਦੱਸੀ ਭੈਣ ਆ ਜਾ ਮੰਜੇ 'ਤੇ ਬਹਿ ਹੋਰ ਸੁਣਾ ਨਹੀਂ ਮੈਂ ਤਾਂ ਠੀਕ ਆ ਤੂੰ ਦੱਸ ਤੇਰੇ ਪੇਕਿਆ ਕਿਹੜੀ ਸੁੱਖ ਸ਼ਾਂਤੀ ਆ ਸਾਰੇ ਬਹੁਤ ਵਧੀਆ ਚੱਲ ਵਧੀਆ ਜੱਸੀ ਭੈਣ ਬੈਠ ਮੈਂ ਚਾਹ ਲੈ ਕੇ ਆਉਂਦੀ ਹਾਂ ਨਹੀਂ ਬਸ ਮੈਂ ਨਹੀਂ ਪੀਂਦੀ ਚਾਹ ਚੂ ਮੈਂ ਤਾਂ ਬਸ ਮਾਸੀ ਕੋਲ ਹੀ ਆਈ ਸੀ ਮਹੱਲੇ ਮਾੜਾ ਜਿਹਾ ਭੱਜੀ ਭੱਜੀ ਜਾਇਆ ਮੈਂ ਕੰਮ ਨਿਬੜ ਜੂ ਮੇਰਾ ਮਾਂ ਸੁਨੇਹਾ ਲਾ ਦਾ ਉਹਨੂੰ ਮੈਂ ਕਿਹੜਾ ਬਣਾਉਣੀ ਆ ਚਾਹ ਤਾਂ ਬਣੀ ਪਈ ਆ ਮੰਮੀ ਨਾ ਲੈ ਕੇ ਗਏ ਨੇ ਨਾ ਉਹ ਪਈ ਆ ਚਾਹ ਮੈਂ ਲੈ ਕੇ ਆਉਂਦੀ ਹਾਂ ਤਾਂ ਐਂ ਕਰੀ ਥੋੜ੍ਹੀ ਜਿਹੀ ਲਈ ਫਿਰ ਜਾ ਦੇ ਨਾ ਲਈ ਚੰਗਾ ਪਾ ਕੇ ਚੱਲ ਠੀਕ ਆ ਮੈਂ ਲੈ ਕੇ ਆਉਂਦੀ ਹਾਂ ਦੇਖ ਲਾ ਲੰਡਰ ਤੀਵੀਂ ਵੀ ਤੂੰ ਰੁੱਸ ਕੇ ਗਈ ਆ ਚੱਜ ਨਾਲ 4 ਦਿਨ ਲਾਤਾ ਉੱਥੇ ਮਿੰਟ 'ਚ ਆ ਗਈ ਮੰਨ ਕੇ ਹੈ ਨਾਲੇ ਮੈਨੂੰ ਵੀ ਬਦਨਾਮ ਕਰਨਾ ਤੀ ਆਖੇ ਜੱਸੀ ਨੇ ਘਰ ਪੱਟਤਾ ਨਾਲੇ ਨਿੱਕੀ ਨਿੱਕੀ ਗੱਲ ਮੈਥੋਂ ਪੁੱਛ ਕੇ ਫੱਟ ਦੇਣੇ ਇਹਨਾਂ ਨੂੰ ਦੱਸਦੇ ਹੈਂ ਆ ਮੈਂ ਗਈ ਤੀ ਨੂਰ ਦੇ ਭਾਪੇ ਨਾਲ ਰੁੱਸ ਕੇ 3 ਸਾਲ ਨਹੀਂ ਮੁੜ ਕੇ ਆਈ ਹੈਗੀ 5 ਪਿੰਡਾਂ ਦੀ ਪੰਚਾਇਤ ਲੈ ਕੇ ਗਿਆ ਤੀ ਲਖੀਰਾਂ ਕਢਾਤੀਆਂ ਤੀ ਨੱਕ ਨਾਲ ਇੰਨੀ ਸੌਖੀ ਥੋੜ੍ਹਾ ਮੰਨ ਕੇ ਆਉਣਾ ਤਾਂ ਇਹੀ ਪਤਾ ਨਹੀਂ ਕਿਵੇਂ ਆ ਗਈ ਅੱਜ ਕੱਲ੍ਹ ਦੀਆਂ ਕੌਣ ਸਾਰਦੀਆਂ ਨੇ ਖਸਮਾਂ ਬਿਨਾਂ ਆਹੋ ਨਹੀਂ ਆ ਜਾ ਪੜੀਏ ਤੂੰ ਤਾਂ ਬਲਾਈ ਟਾਈਮ ਲਾ ਹੀ ਮੈਂ ਹੋਰ ਵੀ ਕੰਮ ਕਰਨੇ ਆ ਹੋਰ ਬਣਾਉਣ ਲੱਗ ਗਈ ਤੀ ਨਾ ਨਾ ਠੰਡੀ ਹੋ ਗਈ ਸੀ ਮੈਡੀ ਜੀ ਗਰਮ ਕਰਕੇ ਲਈ ਅੱਛਾ ਆ ਤੁਹਾਡੀ ਗੱਲ ਪਿੱਛੇ ਨਾ ਆ ਪਿੰਡ 'ਚ ਕਈ ਤੀਵੀਆਂ ਨਾਲ ਮੇਰਾ ਕਲੇਸ਼ ਹੋ ਗਿਆ ਹੈ ਮੈਨੂੰ ਕਹਿੰਦੀ ਆ ਕੇ 1-2 ਤਾਂ ਕਹਿੰਦੀ ਬੱਬੂ ਦੀ ਬਹੂ ਭੱਜ ਗਈ ਮੇਰੀ ਸੌਕਣ ਨੂੰ ਨਾ ਮੈਂ ਤਾਂ ਗੋਡਿਆਂ ਥੱਲੇ ਲੈ ਲਿਆ ਫੜ ਕੇ ਗੁੱਤਨੀ ਬਟਾ ਦੇਤਾ ਕੰਜਰੀ ਨੂੰ ਮਹਾ ਲੈ ਭਲਾ ਉਹ ਨਹੀਂ ਪੇਕੇ ਜਾ ਸਕਦੀ ਕੋਈ 4 ਦਿਨ ਹਨਾ ਜੱਸੀ ਪੈਣੇ ਲੋਕਾਂ ਨੂੰ ਤਾਂ ਗੱਲਾਂ ਬਣਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਨਹੀਂ ਉਹੀ ਗੱਲ ਆ ਅਗਲੀਆਂ ਆਪਦੀਆਂ ਤਾਂ ਕਰਦੀਆਂ ਗੱਲਾਂ ਲੁਕੋ ਲੁਕੋ ਰੱਖਦੀਆਂ ਨੇ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਆ ਤੇਰੀ ਮੇਰੀ ਗੱਲ ਇੱਥੇ ਅਜੇ ਛਲਣੀ 'ਚ ਪਾ ਕੇ ਛੱਡ ਦਿੰਦੀਆਂ ਨੇ ਐਡੀਆਂ ਕਵਿਜਣੀਆਂ ਨੇਗੀਆਂ ਬਸ ਮੌਕਾ ਹੀ ਲੱਭਦੇ ਰਹਿੰਦੇ ਨੇ ਮੌਕਾ ਹੀ ਲੱਭਦੀਆਂ ਰਹਿੰਦੀਆਂ ਨੇ ਮੈਂ ਤੈਨੂੰ ਇੱਕ ਗੱਲ ਕਹਾਂ ਆ ਫੇਰ ਤੂੰ ਕਹੇਂਗੀ ਜੱਸੀ ਭੈਣ ਚੁਗਲੀਆਂ ਕਰਦੀ ਹੈ ਕਾਹਨੂੰ ਭੈਣੇ ਪੈਸੋ
पेके चाहे जिन्ने मर्जी मलंग हो सहुरियां नूं ऐ कह के रखे भी मेरे पेके इन्ने तकड़े ने थोड़े तो उपर दे ने नहीं तो सहुरे सिर च गलियां कर देंदे ने। बब्बू सुख नाल ऊंटा बथेरा सियाणा गा बंदे हत्थां चों निकल लगे मिंट लाउंदे ने इन्हां दी लगाम तां जिन्नी खिच के रखे उन्नी वधिया हुंदी हैगी हैं। आ गया लै बब्बू भी आ गया है। प्रीता हाँ जी फ्लास लई है रंदो तुसीं स्प्रे करन नहीं गए ओ गया तीगा पापा फौजा मचाई बैठा लाइट आउण वाली है जा भज के जा फ्लास लिया अंदर पिया होएगा तुसीं आप ही चक लो मड़ जा तू लिया मैं जस्सी भैन कोल बैठी हां ਤੈਨੂੰ ਕੰਨੇ ਵਾਰੀ ਕਿਹਾ ਵੀ ਕੱਲੀ ਨਾ ਬੈਠਿਆ ਕਰ ਜਿੰਨਾ ਤੱਕ ਬੀਬੀ ਨਹੀਂ ਹੁੰਦੀ ਘਰੇ ਤੂੰ ਕੱਲੀ ਕੀ ਕਰਦੀ ਉਰੇ ਬੈਠੀ 2 ਮਿੰਟ ਤਾਂ ਹੋਏ ਆ ਬੈਠੀ ਆ ਮੇਰਾ ਛੜਾ 2 ਮਿੰਟ ਨਹੀਂ ਘਰ ਪੱਟਿਆ ਪਰ ਜਾ ਭੱਜ ਅੰਦਰ ਜਾ ਕੋਈ ਲੋੜ ਨਹੀਂ ਇੱਥੇ ਬੈਠਣ ਦੀ ਕੀ ਹੋ ਗਿਆ ਤੁਹਾਨੂੰ ਮੇਰੇ ਸਾਰੇ ਲੋਕਾਂ ਨੂੰ ਚਾਹੀਦਾ ਵੀ ਇੱਥੇ ਘਰੇ ਕੋਈ ਹੈ ਨਹੀਂ ਕੱਲੇ ਆ ਕੇ ਬਹਿ ਜਾਂਦੇ ਨੇ ਸਾਡੇ ਭਾਪੇ ਤੈਨੂੰ ਕਿਹਾ ਮੈਂ ਉਦੈ ਜਿੱਦੇ ਮੇਰੇ ਭਾਪੇ ਨਾਲ ਵੀਰ ਤੈਨੂੰ ਕਿਹਾ ਨਹੀਂ ਵੀ ਸਾਡੇ ਲੱਕ ਨਾ ਦੇ ਭਾਈ ਤੂੰ ਫੇਰ ਦੀ ਫੇਰ ਆ ਜਾਂਦੀ ਆ ਬੇ ਮੇਰੀ ਗੱਲ ਸੁਣ ਕੁਛ ਹੋ ਗਿਆ ਪਹਿਲਾਂ ਬੇ ਮੈਂ ਤੁਹਾਡੇ ਮਕਾਨ ਨਹੀਂ ਲਾਉਣਾ ਦੀ ਮੈਂ ਹੁਣ ਮੇਰੀ ਗੱਲ ਸੁਣ ਤੁਸੀਂ ਤਾਂ ਪੈਸੇ ਦੇ ਕੇ ਮੁੱਕਰ ਗਏ ਅਸੀਂ ਹੁਣ ਆਪਦੇ ਪੈਸੇ ਲੈਣ ਵੀ ਨਹੀਂ ਆਈਏ ਭਾਈ ਤੇਰੇ ਦੇ ਦਾਂਗੇ ਪੈਸੇ ਭੱਜੇ ਜਾਂਦੇ ਜਦੋਂ ਕੰਪਨੀ ਵਾਲੇ ਨੇ ਦਿੱਤੇ ਤੇਰੇ ਪੈਸੇ ਹੀ ਦੇ ਦਾਂਗੇ ਕੰਪਨੀ ਵਾਲੇ ਨੇ ਦਿੱਤਾ ਤੂੰ ਕੀ ਪਤਾ ਕੰਪਨੀ ਵਾਲੇ ਕਦੋਂ ਦੇਣ ਉਦੋਂ ਕਿਹੜਾ ਮੈਨੂੰ ਮੋਹਰ ਲਾ ਕੇ ਕਿਹਾ ਸੀ ਤੁਹਾਨੇ ਵੀ ਕੰਪਨੀ ਵਾਲੇ ਆਉਣਗੇ ਫੇਰ ਦਵਾਂਗੇ ਹੁਣ ਤਾਂ ਚੌੜੇ ਹੋ ਮਾਂ ਪੁੱਤ ਕਹਿੰਦੇ ਸੀ ਲੈ ਦੇ ਦੇ 20000 ਦੇ ਦੇ 20000 ਬਾਈ ਲੈ ਬਾਈ ਤੇ ਮੇਰੀ ਬੀਬੀ ਨੇ ਲਵਾਏ ਸਾਡੇ ਘਰੇ ਨਾ ਆਇਆ ਕਰ ਬਈ ਰੱਬ ਦਾ ਵਾਸਤਾ ਬਸ ਲੈਣ ਤੇ ਨਾ ਮੇਰੀ ਗੱਲ ਸੁਣ ਲੈ ਮੈਂ ਤੇਰੇ ਕੋਲੇ ਕੀ ਕਰਨਾ ਦਾ ਮੈਂ ਤਾਂ ਤੇਰੀ ਮਾਂ ਕੋਲੇ ਆਈ ਸੀ ਆਈ ਸੀ ਵੱਡਾ ਘਰ ਵਾਲਾ ਹੋਇਆ ਫਿਰਦਾ ਚੁੱਪ ਕਰਕੂਰੇ ਬਹਿ ਗਈ ਚੱਸੀ ਲਵੇ ਬੈਠੀ ਸੀ ਵੱਡੀ ਲੈ ਲੈ ਬਾਈ ਤੇਰੇ ਪੈਸੇ ਕੋਈ ਨਾ ਮਾਰ ਨਾਲ ਮੈਂ ਤੈਨੂੰ ਕਿੰਨੀ ਵਾਰ ਬਖਸ਼ਦਾ ਮੈਂ ਉਹਦੇ ਵੀ ਤੈਨੂੰ ਕਹਤੀ ਵੀ ਢੰਗ ਨਾਲ ਗੱਲ ਕਰਿਆ ਕਰ ਸੁਣ ਗਿਆ ਤੈਨੂੰ ਫਿਰ ਤੂੰ ਕਿਉਂ ਨਹੀਂ ਹਟਦੀ ਸਾਡੇ ਘਰੋਂ ਨਾ ਤੁਹਾਡੇ ਘਰੋਂ ਘਰ ਮਖਾ ਵੀ ਤੁਸੀਂ ਮੋਰਾ ਲੈ ਰੱਖੇ ਨੇ ਘਰ ਤੇ ਵੀ ਸਾਰੇ ਆਂਡ ਗਵਾਂਡ ਦੇ ਲੋਕ ਤੁਹਾਨੂੰ ਪਿੰਡ ਦੇ ਗਾਲਾਂ ਕੱਢਦੇ ਨੇ ਤੁਸੀਂ ਤਾਂ ਆਪਦੀ ਭੂਆ ਨਹੀਂ ਛੱਡੀ ਮਰਨੇ ਹੋ ਆਹ ਨਾ ਗਵਾਂਡੀਆਂ ਤੋਂ ਲੈ ਕੇ ਪੈਸੇ ਲਾ ਦੇ ਆ ਭੂਆ ਮਾਜ ਕੇ ਛੱਡਤੀ ਆ ਮੇਰੇ ਕਿੱਥੋਂ ਮੋੜੋਗੇ ਤੁਸੀਂ ਚਰ ਤੇਰੇ ਦੇ ਦਾਂਗੇ ਭੂਆ ਦੇ ਪਰ ਮੈਂ ਨਾ ਮੁੜਨਾ ਭਾਗ ਜਾ ਭਾਈ ਸਾਡੇ ਘਰੋਂ ਭਾਗ ਜਾ ਭਾਗ ਜਾ ਸਾਡੇ ਘਰੋਂ ਚੁੱਪ ਕਰਕੇ ਮੇਰੇ ਪੈਸੇ ਫੜਾਇਆ ਜਾ ਕੋਈ ਨਾ ਫੜਾਇਆ ਮੰਗੇ ਅਜੀ ਜੀ ਹੋਏ ਚੱਕ ਕੇ ਬੂਥੜ ਪੈ ਗਈ ਅੱਗੇ ਬਥੇਰਾ ਕੁਝ ਹੋ ਗਿਆ ਬੱਬੂ ਦੇ ਪਾਪੇ ਆ ਲੈ ਚਾਹ ਪੀ ਲਾ ਨਾਲੇ ਬੰਦਿਆਂ ਨੂੰ ਪਾ ਦੇ ਚਾਹ ਬੰਦੇ ਕਿੱਥੇ ਬੰਦੇ ਤਾਂ ਉਧਰ ਲੱਗ ਨੇ ਬਾਮਣਾ ਦੇ ਸਪਰੇ ਕਰਨਾ ਇਹ ਚੋਦੇ ਆਏ ਜਦੋਂ ਲਾਈਟ ਬਾਗੀ ਲੈ ਦੱਸ ਮੈਂ ਜੱਗ ਚਾਹ ਦਾ ਬਣਾ ਲਿਆ ਪਰ ਪਹਿਲਾਂ ਜੈਂਪਰ ਮੱਚਿਆ ਪਿਆ ਬੱਬੂ ਭੇਜਿਆ ਹੁਣ ਆ ਨਾਜਰ ਨੂੰ ਘਰ ਫਿਰਦਾ ਉਹ ਨਾਜਰ ਨੂੰ ਭੇਜਿਆ ਬੁਲਾਉਣ ਹੁਣ ਅੱਛਾ ਹਾਂ ਮੈਂ ਸਬਜ਼ੀ ਸੁਬਜ਼ੀ ਦੇਖਾ ਉੱਥੇ ਜਿਹੜੇ ਲੱਗੇ ਹੋ ਅਮਰੂਦ ਤਾਂ ਪੱਠੇ ਵਾਲੀਆਂ ਨੇ ਛੱਡੇ ਨਹੀਂ ਹੋਣਾ ਪੱਠੇ ਵਾਲੀ ਕਿੱਥੇ ਭੈਣ ਦੇ ਯਾਰਦੇ ਰੋਜ਼ ਨਹੀਂ ਛੱਡਦੇ ਰੋਜ਼ ਖਾ ਜਾਂਦੇ ਨੇ ਸਾਰੇ ਤਾਂ ਮਟਰ ਖਾ ਕੇ ਆਏ ਮੇਰੀ ਗੱਲ ਸੁਣਨੀ ਹਾਂ ਇੱਧਰ ਉੱਧਰ ਨਾ ਫਿਰੀ ਜਾਇਆ ਕਰ ਮਾੜੀ ਮੋਟਾ ਜਵਾਕ 'ਚ ਨਿਗਾਹ ਰੱਖਿਆ ਕਰ ਕੁੜੀ ਚੋਦ ਦਾ ਦਿਲ 'ਤੇ ਲਾਈ ਫਿਰਦਾ ਨਵਾਂ ਖੂਨ ਹੈ ਕਿਤੇ ਬਾਲਾ ਮਾਰ ਗਿਆ ਗਲਤ ਕੰਮ ਕਰ ਦੂ ਦਿਲ 'ਤੇ ਨਾ ਲਾਵੇ ਤਾਂ ਹੋਰ ਕੀ ਕਰੇ ਇਹ ਤਾਂ ਮੈਨੂੰ ਪੁੱਛਿਆ ਜਾਣੀ ਮੈਂ ਕਿੱਦਾਂ ਘਰ 'ਚ ਬੈਠੀ ਹਾਂ ਲੈ ਤਾਂ ਜ਼ਰੂਰ ਆਏ ਪ੍ਰੀਤ ਨੂੰ ਪਰ ਮੇਰੇ ਪੁੱਤ ਦੀ ਜਿਹੜੀ ਬੇਇੱਜ਼ਤੀ ਹੋਈ ਪੰਚਾਇਤ ਵਿੱਚ ਮੋਹ ਚੱਕ ਧਰਨ ਜੋਗਾ ਨਹੀਂ ਰਿਹਾ ਅੱਬਾ ਚੱਲ ਜਿਹੜਾ ਫੋਨਾਂ ਦੀ ਹੋ ਗਿਆ ਜਿਹੜੀ ਕਰਤੂਤ ਖਣਿਆਉਣੀ ਦੀ ਖੰਡਿਆਤੀ ਹੈ ਹੁਣ ਜਵਾਕ ਨੂੰ ਨਾ ਸਮਝਾਈ ਤੇ ਸਿੱਟੀ ਜੰਨੀ ਆ ਬੁੱਲ ਜੇ ਥੱਲੇ ਮੈਂ ਕਾਹਨੂੰ ਸਮਝਾਉਣਾ ਤੇ ਹੱਥ ਲੋ ਕੇ ਬਹਿ ਜਾਗੇ ਜਵਾਕ ਨੇ ਕੁਛ ਕਰ ਲਿਆ ਜੇ ਪੈਰੀ ਹੱਥ ਤਾਂ ਲਵਾਏ ਜਿਹੜੇ ਤੂੰ ਜਿਹੜਾ ਉਹਦੇ ਥੱਪੜ ਮਾਰਿਆ ਪੰਚਾਇਤ ਦੇ ਵਿੱਚ ਨਾ ਮੈਨੂੰ ਦਿਨ ਰਾਤ ਜੀਣ ਨਹੀਂ ਦਿੰਦਾ ਉੱਬੜ ਉੱਬੜ ਉੱਠਦੀ ਮੈਂ ਰਾਤ ਨੂੰ ਮੈਂ ਮੇਰੇ ਪੁੱਤ ਦੀ ਪੰਚਾਇਤ ਵਿੱਚ ਬੇਇੱਜ਼ਤੀ ਹੋਈ ਉੱਪਰ ਦੀ ਚੋਰਿਆ ਤੂੰ ਮੇਰੀ ਬੇਇੱਜ਼ਤੀ ਕਰਾਈ ਉਹ ਭੋਰਾ ਭਰ ਕੱਲ ਦਾ ਛੋਕਰਾ ਜਿਹਦੇ ਮੈਂ ਪੈਰੀ ਹੱਥ ਲਾਏ ਇਹ ਭੈਣ ਦੀ ਡਾਂਗ ਤੇਰੀ ਦੀ ਝੂਠ ਨਾ ਬੋਲਦੀ ਉਦੋਂ ਤੂੰ ਹੈ ਝੂਠ ਬੋਲਿਆ ਤਾਂ ਮੈਂ ਪੰਚਾਇਤ 'ਚ ਪੈਰੀ ਹੱਥ ਆਪਣੇ ਜਵਾਕ ਦੀ ਮੈਂ ਤੈਨੂੰ ਕਿਹਾ ਜਿਹੜਾ ਕੁਛ ਹੋ ਗਿਆ ਨਿਬੜ ਗਿਆ ਪੰਚਾਇਤ ਦੇ ਵਿੱਚ ਜਿਹੜੀ ਗੱਲ ਕਾਰਮਿਕ ਐ ਤੜਕੇ ਕਿੱਲਾ ਬਹੂ ਦੇ ਨਾਂ ਲਵਾ ਦਾਂਗੇ ਜ਼ਮੀਨ ਦਾ ਹੈ ਜਿਹੜੀ ਮੈਂ ਗੱਲ ਜਵਾਨ ਟੁੱਕ ਕੇ ਆਇਆ ਉੱਥੇ ਲਵਾ ਦੇ ਕਿੱਲਾ ਪਰ ਮੇਰੇ ਦਿਲ 'ਚ ਇਹ ਗੱਲ ਜਾਣੀ ਨਹੀਂ ਨਾ ਮੇਰੇ ਪੁੱਤ ਦਾ ਜਾਵੇ ਮੈਨੂੰ ਪਤਾ ਮੇਰਾ ਪੁੱਤ ਕਿੱਦਾਂ ਤੁਰਿਆ ਫਿਰਦਾ ਤੇਰੇ ਤਾਂ ਮਾੜੀ ਮੋਟੀ ਲੈਂਦੀ ਚੜ੍ਹਦੀ ਹੈ ਨਹੀਂ ਸਾਨੂੰ ਤਾਂ ਬਥੇਰੀ ਆ ਲੈਂਦੀ ਚੜ੍ਹਦੀ ਸੀ ਤੂੰ ਮੇਰੇ ਤੋਂ ਵੀ ਪੈਰੀ ਹੱਥ ਲਵਾਏ ਮੇਰੇ ਤੋਂ ਭਾਵੇਂ 10 ਵਾਰੀ ਲਵਾ ਲੈਂਦਾ ਮੇਰੇ ਪੁੱਤ ਤੋਂ ਨਾ ਪੰਚਾਇਤ ਵਿੱਚ ਪੈਰੀ ਹੱਥ ਲਵਾਉਂਦਾ ਮੇਰੇ ਪੁੱਤ ਤੇ ਭਜਵਾਉਂਦਾ ਨਾ ਸੋਹਣਾ ਜਿਹੜੀ ਗੱਲ ਠੰਡੀ ਪੈਂਦੀ ਹੈ ਪੈ ਜਾਂਦੀ ਹੁੰਦੀ ਹੈ ਮੇਰੇ ਸਾਲਕਣੀ ਦੀ ਹੈ ਜੇ ਉੱਥੇ ਕਿਤੇ ਤਲਾਕ ਤਲੂਕ ਨੂੰ ਕਹਿੰਦੇ ਕੀ ਇੱਜ਼ਤ ਰਹਿੰਦੀ ਆਪਣੀ ਹੈ ਆ ਤਾਂ ਤਲਾਕ ਨਾਲ ਸਾਰਾ ਭਾਇ ਦਾ ਸਰੀਕਾ ਕਬੀਲਾ ਦੇਖਦਾ ਸਮਾਨ ਚੱਕਦਿਆਂ ਨੂੰ ਹੈ ਟੱਟੂ ਦੀ ਇੱਜ਼ਤ ਹੈ ਜੇ ਜੱਟ ਦੇ ਘਰ ਤੋਂ ਸਮਾਨ ਚੱਕਿਆ ਜਾਵੇ ਹੈ ਨਾਲੇ ਮੇਰੀ ਗੱਲ ਸੁਣ ਲੈ ਮੈਂ ਤੜਕੇ ਦਾ ਦੇਖੀ ਜਾਣਾ ਤੈਨੂੰ ਬਹੂ ਨਾਲ ਤੂੰ ਬਿੰਗਾ ਰੇਡਾ ਜਾਂ ਮੂੰਹ ਕਰੀ ਜਾਂਦੀ ਆ ਬੂਥੜ ਕੁੱਟ ਦੂੰ ਤੇਰਾ ਮੈਂ
ਸਮਝ ਗਈ ਮੇਰੀ ਗੱਲ? ਮੇਰਾ ਮਨ ਨਹੀਂ ਕਰਦਾ ਉਹਨੂੰ ਬਲੌਡ ਨੂੰ, ਉਹਦੇ ਕਰਕੇ ਹੋਇਆ, ਉਹਦੀ ਭਰਜਾਈ ਦੇ ਕਰਕੇ ਹੋਇਆ, ਉਂਗਲਾਂ ਲਾਉਂਦੀ ਉਹਦੀ ਭਰਜਾਈ। ਉਹ ਇਹਦਾ ਕੀ ਜਵਾਕੜੀ ਦਾ ਕਸੂਰ ਹੈ? ਹੈ ਕਸੂਰ ਹੀ ਇਹਦਾ ਆ, ਨਾ ਦੱਸਦੀ ਆਪਣੇ ਪਰਿਵਾਰ ਨੂੰ, ਭਰਾ ਭਰਜਾਈ ਨੂੰ, ਨਾ ਇੱਥੇ ਤੱਕ ਨਾ ਬਤਾਉਂਦੀ। ਐਡਾ ਸਮੁੰਦਰ ਮੈਂ ਆਪਣੇ ਦਿਲ 'ਚ ਲੁਕੋ ਕੇ ਬੈਠੀ, ਸਹੁਰਿਆਂ ਦੇ, ਤੇਰੇ ਮਾਂ ਪਿਓ ਦੇ, ਤੇਰੀਆਂ ਭੈਣਾਂ ਦੇ, ਤਾਂ ਨਾਲੇ ਤੇਰੇ, ਉਹਨੇ ਇੱਕ ਗੱਲ ਨਹੀਂ ਆਪਣੇ ਢਿੱਡ 'ਚ ਰੱਖੀ ਵੀ ਜ਼ਮੀਨ ਥੋੜ੍ਹੀ ਆ। ਚੱਲ ਅੱਜ ਕੱਲ੍ਹ ਦੇ ਜਵਾਕਾਂ ਦੇ ਹਾਜ਼ਮੇ ਘੱਟ ਹੁੰਦੇ ਨੇ, ਦੱਸ ਫਿਰ ਕੀ ਹੋ ਗਿਆ? ਹੈ ਮੈਨੂੰ ਪਤਾ ਮੇਰਾ ਪੁੱਤ ਕਿੱਦਾਂ ਉਦਣ ਦਾ ਤੁਰਿਆ ਫਿਰਦਾ। ਮੈਂ ਤੈਨੂੰ ਤਾਂ ਹੀ ਕਹਿਣਾ, ਮੇਰੇ ਸਲੇ ਦੀ ਆ, ਇੱਧਰ ਉੱਧਰ ਡੇਰੇ ਡੂਰੇ 'ਚ ਕੁਛ ਨਹੀਂ ਵੱਟੀ ਦਾ, ਜਵਾਕ ਮਸਾਂ ਮਿਲੇ ਨੇ, ਪਰਮਾਤਮਾ ਵਾਹਿਗੁਰੂ ਨੇ ਮਸਾਂ ਦਿੱਤਾ ਆਪਾਂ ਨੂੰ ਇੱਕ ਪੁੱਤ ਹੈ, ਤਿੰਨ ਕੁੜੀਆਂ ਉੱਪਰ ਦੀ ਜਵਾਕ ਹੋਇਆ, ਜੇ ਕੁਛ ਐੜਾ ਗੇੜਾ ਕੰਮ ਕਰ ਗਿਆ ਕਹਿੰਦੇ ਹੱਥ ਧੋਂਦੇ ਰਹਿ ਜਾਂਗੇ ਜੇ ਆਪਾਂ। ਤਾਂ ਹੀ ਤਾਂ ਮੈਂ ਨਰਾਲੇ ਬਾਬੇ 'ਤੇ ਜਾਂਦੀ ਵੀ ਮੇਰੇ ਪਰਿਵਾਰ 'ਤੇ ਸੁੱਖ ਸ਼ਾਂਤੀ ਰੱਖੀ। ਤੂੰ ਨਹੀਂ ਇਹ ਗੱਲ ਸਮਝਦਾ, ਤੂੰ ਤਾਂ ਆਹ ਮੂਤ ਪੀਣ ਜੋਗਾ ਹੀ ਆ, ਮੈਂ ਮੂਤ ਪੀ ਜਾਵੇਂ। ਮੈਂ ਵੀ ਦੇਖਦੀ ਹਾਂ ਮੇਰਾ ਪੁੱਤ ਉੱਦਣ ਦਾ ਚੁੱਪ ਚੁੱਪ ਤੁਰਿਆ ਫਿਰਦਾ, ਨਾ ਚੰਗੀ ਤਰ੍ਹਾਂ ਖਾਵੇ ਨਾ ਪੀਵੇ, ਮੈਂ ਕੀ ਜਾਣਦੀ ਨਹੀਂ। ਗੱਲ ਸੁਣ ਸਰਜੀਤ ਕੌਰੇ, ਕੀ ਲੈਣਾ ਮਾੜਾ ਜਿਹਾ ਨੂੰਹ ਨੂੰ ਉਬੜਿਆ ਕੇ ਰੱਖਿਆ ਕਰ, ਹੈਂ ਪੁੱਤ ਨੂੰ ਉਬੜਿਆ ਕੇ ਰੱਖਿਆ ਕਰ, ਰੰਗਲ ਮੰਗਲ ਹੈ ਜਿਹਦੇ ਘਰੇ ਜਵਾਕ ਨਹੀਂ ਹੈਗੇ। ਪਹਿਲਾਂ ਤਾਂ ਸੋਚਦੀ ਸੀ ਵੀ ਪੁੱਤ ਬੱਚਾ ਕਰਕੇ ਇਹਨੂੰ ਰੱਖੂੰਗੀ, ਪਰ ਹੁਣ ਨਹੀਂ ਮੇਰਾ ਮਨ ਭੱਜਦਾ ਉਹਦੇ ਨਾਲ, ਨੂੰਹ ਨਾਲ, ਹੁਣ ਨਹੀਂ ਪਹੁ ਨਾ ਮਨ ਭੱਜਦਾ ਮੇਰਾ। ਮੈਂ ਤੈਨੂੰ ਤੜਕੇ ਦਾ ਦੇਖੀ ਜਾਣਾ, ਤੂੰ ਕਦੇ ਬਹੂ ਨੂੰ ਬੁੱਲ ਕੱਢਤਾ, ਕਦੇ ਨੱਕ ਕੱਢਤਾ, ਹੈ ਉਹ ਧੀ ਨਹੀਂ ਕਿਸੇ ਦੀ ਹੈਗੀ? ਜੇ ਤੇਰੀ ਕੁੜੀ ਕਿਹੜੀ ਨੱਕ ਬੁੱਲ ਕੱਢਿਆ ਕੋਈ, ਫੇਰ ਹੱਥ ਨੂੰ 20 ਬੰਦੇ ਇਕੱਠੇ ਕਰਕੇ ਲੈ ਜਾਏਗੀ ਤੂੰ। ਮੇਰੀਆਂ ਕੁੜੀਆਂ ਬਥੇਰਾ ਚੱਲਦੀਆਂ ਸਹੁਰਿਆਂ ਦਾ, ਕਦੀ ਨਹੀਂ ਸਹੁਰਿਆਂ ਦੀ ਗੱਲ ਮੇਰੇ ਕੋਲ ਆ ਕੇ ਮੇਰੇ ਲਵੇ ਦੱਸੀ। ਸਾਰੇ ਬੰਦੇ ਇੱਕੋ ਜਿਹੇ ਥੋੜੂ ਹੁੰਦੇ ਨੇ ਹੁਣ। ਹਾਂ ਮੇਰੀਆਂ ਕੁੜੀਆਂ ਚੰਗੀਆਂ ਆ ਤਾਂ ਉਹਨਾਂ ਦੇ ਸਹੁਰੇ ਚੰਗੇ ਆ, ਇਹ ਵੀ ਮੈਨੂੰ ਚੰਗੀ ਬਣ ਕੇ ਦਿਖਾਉਂਦੀ, ਮੈਂ ਇਹਨੂੰ ਬਰੋਬਰ ਚੰਗੀ ਬਣ ਕੇ ਦਿਖਾਉਂਦੀ। ਚੰਗੀ ਆ ਬਥੇਰੀ, ਚੰਗੀ ਆ ਰੋਟੀ ਟੁੱਕ ਦਿੰਦੀ ਆ, ਚਾਹ ਦਿੰਦੀ ਆ, ਚੰਗਾ ਗਰਮ ਦੁੱਧ ਕਰਕੇ ਦਿੰਦੀ ਆ, ਜਾਨ ਦੇ ਦੇ ਹੁਣ ਤੈਨੂੰ ਅਗਲੀ। ਹੈ ਜਾਨ ਤਾਂ ਨਹੀਂ ਮੈਂ ਮੰਗਦੀ, ਪਰ ਜਿਹੜੀ ਆ ਸਾਡੇ ਨਾਲ ਕੁੱਤੇ ਖਾਣੀ ਪੰਚਾਇਤ 'ਚ। ਚੱਲ ਇਹ ਗੱਲ ਮੇਰੀ ਗੱਲ ਸੁਣ, ਸਰੂਪ ਨੇ ਜਿਹੜੀ ਝੱਗ ਖਨੇਉਣੀ ਦੀ ਖਨਿਆਤੀ ਮੇਰੇ ਸਾਲਕਨੇ ਨੇ। ਸਰੂਪ ਦੀ ਤਾਂ ਮੈਂ ਦੂਜੀ ਵੀ ਲੱਤ 'ਚ ਸਰੀਆ ਨਾ ਪਵਾਇਆ, ਮੇਰਾ ਨਾਂ ਵੀ ਸਰਜੀਤ ਕੌਰ ਨਹੀਂ। ਹਾਂ ਜਿਹੜਾ ਇਹ ਸਰੂਪ ਚੱਕੀ ਫਿਰਦਾ ਨਾ, ਉਹਦੀ ਲੱਤ ਦੂਜੀ ਵੀ ਲੰਗੜੀ ਕਰੂੰ ਮੈਂ, ਮੇਰੇ ਤਾਂ ਦਿਲ 'ਚ ਹੀ ਆ ਜੋ ਮੇਰੇ ਪੁੱਤ ਨਾਲ ਅਤੇ ਮੇਰੇ ਨਾਲ ਉਹਨੇ ਕਰਾਇਆ। ਮੈਂ ਹੁਣ ਜਾਂਦੀ ਹਾਂ, ਚਾਹ ਜੂ ਉਹਨਾਂ ਨੂੰ ਪਿਲਾ ਕੇ ਆ ਜਾਈ। ਭੈਣ ਦੇ ਗੜਾਬੇ ਦੀ ਠੀਕ ਆਉਂਦੀ, ਤੇਰਾ ਇੰਜਣ ਕਰਨਾ ਪਊ ਹੁਣ, ਭਾਲਦੀ ਆ ਤੂੰ ਬੱਗਾ ਬੱਗਾ ਤੂੰ ਆ ਮਾਰਦੀ ਆ ਮੈਨੂੰ ਲੱਗਦਾ। ਮਾੜੀ ਜਨਾਨੀ ਨਾ ਪੱਲੇ ਪਵੇ, ਮੇਰੇ ਸਾਲਕਣੇ ਦੇ ਨਾ ਲੈਣੇ ਕਰ ਲਏ। ਸਿਆਪਾ ਖਾਨਾ, ਨਾ ਧੀ ਦੀ ਡੰਡਾ ਸਿਆਣੇ ਬੰਦੇ ਨੂੰ ਖੇਤ ਆਏ ਬਿਨਾਂ ਸਰੇ, ਨਾ ਘਰੇ ਰਹੇ ਬਿਨਾਂ ਸਰੇ। ਕਿੱਥੋਂ ਭੈਣ ਚੋ ਜਪਨਾਮ ਜਪਨਾਮ। ਲੈ ਆਹ ਬੱਬੂ ਦਾ ਪਾਪਾ ਪਤਾ ਨਹੀਂ ਕਿੱਧਰ ਵੱਗ ਗਿਆ। ਹੈਂ ਮੈਂ ਦੱਸਿਆ ਵੀ ਸੀ ਵੀ ਮੈਂ ਜਾਣਾ ਆ ਨਰਾਲੇ ਬਾਬੇ ਦੇ ਦਰਸ਼ਨ ਕਰਨ, ਆ ਕਿਰਾਇਆ ਦੇਣ ਦਾ ਮਾਰਾ ਚਲੇ ਗਿਆ। ਦੀਦਾ ਤਾਂ ਹੈ ਨਹੀਂ ਕੁੜੇ। ਪ੍ਰੀਤ ਪ੍ਰੀਤ। ਹਾਂਜੀ ਮੰਮੀ। ਹਾਂਜੀ ਤੇਰਾ ਪਿਓ ਕਿੱਧਰ ਵੱਗ ਗਿਆ? ਉਹ ਡੈਡੀ ਤਾਂ ਇੱਥੇ ਹੀ ਕਿਤੇ ਖੇਤਾਂ 'ਚ ਲੰਘੇ ਹੋਣੇ। ਅੱਛਾ ਤੇਰੇ ਕੋਲ 500 ਰੁਪਈਏ ਹੈਗਾ? ਹਾਂਜੀ ਮੰਮੀ ਹੈਗਾ। ਅੱਛਾ ਲਿਆ ਦੇ ਕੇ, ਫਿਰ ਮੈਂ ਤੈਨੂੰ ਦੇ ਦੂੰਗੀ, ਕੋਈ ਗੱਲ ਨਹੀਂ ਦੇਣੀ ਆ। ਜਪਨਾਮ ਜਪਨਾਮ। ਲੈ ਇੱਦਾਂ ਖਰੋੜ ਕਰਦਾ, ਜਦੋਂ ਮੈਂ ਜਾਣਾ ਹੁੰਦਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਇੱਦਾਂ ਹੀ ਖਰੋੜ ਕਰਦਾ। ਆ ਲਓ ਮੰਮੀ ਜੀ, ਨਾਲੇ ਬੱਬੂ ਨੂੰ ਟਾਈਮ ਨਾਲ ਰੋਟੀ ਪਾਣੀ ਦੇ ਦੇਈਂ, ਠੀਕ ਹੈ? ਆਪਣੇ ਭਾਪੇ ਦੀਆਂ ਅੱਖਾਂ 'ਚ ਦਵਾਈ ਪਾ ਦੇਈਂ ਟਾਈਮ ਨਾਲ, ਠੀਕ ਹੈ ਜੀ? ਚੰਗਾ ਮੈਂ ਜਾਇਆ, ਮੈਂ ਹੈ ਨਰਾਲੇ ਬਾਬੇ ਦਾ 3 ਦਿਨ ਦੀ ਸੇਵਾ 'ਤੇ ਚੱਲੀ ਹਾਂ, ਠੀਕ ਹੈ? ਆ ਰੁਕ ਜਾ 2 ਮਿੰਟ। ਬੜੇ ਹੋ ਬਡੇਰਿਓ, ਆ ਜਾਓ ਤੁਸੀਂ ਵੀ, ਇੱਥੇ ਨਾ ਭਟਕੀ ਜਾਇਓ, ਆ ਜਾਓ ਆ ਜਾਓ। ਬੜੇ ਹੋ ਬਡੇਰਿਓ, ਤੁਹਾਡਾ ਬੇੜਾ ਪਾਰ ਕਰਾਉਣ ਚੱਲੀ ਹਾਂ ਮੈਂ, ਆ ਜਾਓ ਆ ਜਾਓ। ਮੰਮੀ ਇਹ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਹੋ? ਚੁੱਪ ਕਰ, ਤੈਨੂੰ ਨਹੀਂ ਪਤਾ ਇਹ ਪਿੱਤਰ ਹੁੰਦੇ ਆ, ਭਟਕਦੀਆਂ ਹੋਈਆਂ ਰੂਹਾਂ, ਮੈਂ ਨਾਲੇ ਧਾਮ 'ਤੇ ਲੈ ਚੱਲੀ ਹਾਂ, ਇਹਨਾਂ ਦੇ ਵੀ ਬੇੜੇ ਪਾਰ ਹੋ ਜਾਣਗੇ। ਚੱਲ ਚੰਗਾ, ਖਿਆਲ ਰੱਖੀ ਹੈਂ। ਠੀਕ ਹੈ, ਚੰਗਾ ਮਜ਼ਾ ਆਇਆ ਮਾਂ। ਪਤਾ ਨਹੀਂ ਕੀ ਹੋ ਗਿਆ। ਲੈ ਆ ਗਈ, ਬਾਹਲੀ ਲੇਟ ਹੋ ਗਈ ਮਾਸੀ, ਨਹੀਂ ਕੀ ਕਰਾਂ, ਕੰਮ ਕਰਦੀ ਘਰ ਨੇ ਲੇਟ ਹੋ ਗਈ, ਕਿਰਾਇਆ ਲੈਣਾ ਸੀ ਤੇ ਰੱਤਾ ਆਇਆ ਪਤਾ ਨਹੀਂ ਕਿੱਧਰ ਵੱਗ ਗਿਆ, ਪ੍ਰੀਤ ਤੋਂ 500 ਰੁਪਈਆ ਫੜ ਕੇ ਲਿਆਈ ਆ। ਅੱਛਾ, ਹੋਰ ਤੇ ਟਰਾਲੀ ਵੀ ਬੱਸ ਆਉਂਦੀ ਹੋਊ,
ਸੰਗਤ ਚੱਕ ਚੱਕ ਕੇ ਲਿਆਊ ਹੌਲੀ ਹੌਲੀ ਰਸਤੇ 'ਚ ਬਥੇਰੀ ਥਾਂ ਹਲੇ ਰੁਕ ਰੁਕ ਕੇ ਆਉਣੀ ਟਰਾਲੀ ਹੋਰ ਬਸ ਸੂਟ ਕਿਹੋ ਜਿਹਾ ਪਾ ਕੇ ਆਈਆਂ ਤੂੰ ਨਹੀਂ ਕੋਈ ਨਹੀਂ ਸੂਟ ਇਹਦੇ ਵਿੱਚ ਹੈਗੇ ਹੋਰ ਅੱਛਾ ਹੋਰ ਲੈ ਮੈਂ ਆਹ ਸੂਟ ਪਾ ਕੇ ਬਾਬੇ ਨਰਾਲੇ ਦੇ ਦਰਸ਼ਨ ਕਰੂੰਗੀ ਕਿਉਂ ਮੈਂ ਤਾਂ ਨਵਾਂ ਸਵਾਇਆ ਦੇਖਵਾ ਸੀ ਤੇਰਾ ਤਾਂ ਸੂਟ ਵਾਲੇ ਸੋਹਣਾ ਆ ਤੇ ਨੂਰ ਦਾ ਪਾਪਾ ਕਹਿੰਦਾ ਆ ਚੱਜ ਦੇ ਕੱਪੜੇ ਪਾ ਕੇ ਜਾਇਓ ਕਹਿੰਦਾ ਉੱਥੇ ਤਾਂ ਬਲਾਈ ਵਧੀਆ ਪ੍ਰੋਗਰਾਮ ਆ ਤੇ ਨਾ ਹਾਏ ਜਾਗੋ ਜੁਗੋ ਦਾ ਮੈਂ ਤਾਂ ਨਾ ਮਾਸੀ ਲਹਿੰਗਾ ਲੈ ਕੇ ਆਈ ਆ ਲਹਿੰਗਾ ਹੋਰ ਉੱਥੇ ਜਾ ਕੇ ਲਹਿੰਗਾ ਪਾਉਂਗੀ ਤੇ ਭਾਈ ਨਾ ਅੱਜ ਤਾਂ ਇੱਕ ਵਾਰ ਮਿਸ ਕਰਤਾ ਹੈ ਪਿਛਲੀ ਵਾਰ ਤਾਂ ਉੱਥੇ ਬਾਹਲੇ ਨਜ਼ਾਰੇ ਲੈ ਅਸੀਂ ਤਾਂ ਸੁੱਖ ਨਾਲ ਆ ਗੁਆਂਢੀਆਂ ਦੀ ਬਹੂ ਗਈ ਤੀ ਮੇਰੇ ਨਾਲ ਨਵੀਂ ਨੀ ਵਿਆਹ ਕੇ ਲਿਆਂਦੀ ਜਿਹੜੀ ਆਹੋ ਉਹ ਗਈ ਤੀ ਹੈ ਭਾਈ ਨਾ ਮਾਸੀ ਆਹ ਦਰਸ਼ਨ ਕੀ ਦਰਸ਼ਨ ਹੋਏ ਉੱਥੇ ਤਾਂ ਉਹ ਲਾਈਟਾਂ ਲੱਗੀਆਂ ਹੋਈਆਂ ਤੀ ਮਸਤ ਮਸਤ ਨਾਈਟ ਬਾਹਲਾ ਸੋਹਣਾ ਪ੍ਰੋਗਰਾਮ ਤੀ ਸਾਡੇ ਤਾਂ ਕਰਮ ਮਾੜੇ ਜਿਹੜਾ ਜਾ ਹੀ ਨਹੀਂ ਹੁੰਦਾ ਘਰ ਦਾ ਕੰਗ ਕਲੇਸ਼ ਨਹੀਂ ਮੱਕਦਾ ਮੈਂ ਕੀ ਕਰਾਂ ਮੈਂ ਵੀ ਸੂਟ ਸਮਾਏ ਆ ਆ ਬੱਬੂ ਦੇ ਭਾਪੇ ਤੋਂ ਤਿੰਨ ਸੂਟ ਚੋਰੀ ਸਮਾਏ ਆ ਸੁੱਖ ਨਾਲ ਸ਼ਰਾਰਾ ਸਵਾਇਆ ਸ਼ਰਾਰਾ ਜਾਖੜ ਤੋਂ ਪਰੇ ਜਾ ਕੇ ਬਦਲੂੰਗੀ ਇੱਥੇ ਮੈਂ ਆ ਘਰੋਂ ਆ ਪਾ ਕੇ ਆ ਗਈ ਆਹੋ ਚੱਲ ਵਧੀਆ ਗੱਲ ਆ ਲੈ ਮੈਂ ਸੇ ਜਾ ਕੇ ਸਾਹਮਣੇ ਸਾਹਮਣੇ ਦਰਸ਼ਨ ਹੋਣਗੇ ਗੁਰੂ ਦੇ ਆਹਾ ਰੂਹਾਂ ਖੁਸ਼ ਹੋ ਜਾਣਗੀਆਂ ਜਪਨਾਮ ਜਪਨਾਮ ਛੱਡੀ ਹੈਗੀ ਦੇਖ ਲੈ ਹਣਾ ਆ ਤਾਂ ਤੂੰ ਹੀ ਮੈਸੇਜ ਹੀ ਮਾਰ ਜਾਣੀਆਂ ਕਿ ਪੜੀ ਕੁਛ ਨਹੀਂ ਕਰਾਂ ਜਰ ਕਲੇਸ਼ ਤਾਂ ਘਰੇ ਚੱਲਦਾ ਹੀ ਰਹਿੰਦਾ ਪਰ ਟਲ ਕੇ ਨੰਗਿਆ ਆ ਕਰ ਹਾਏ ਕੀ ਕਰਾਂ ਤੈਨੂੰ ਪਤਾ ਹੀ ਆ ਘਰ ਦੇ ਕਲੰਗ ਕਲੇਸ਼ ਦਾ ਨੀ ਮਾਸੀ ਆ ਮੇਰਾ ਤਾਇਆ ਨਹੀਂ ਆਉਂਦਾ ਲੱਗਦਾ ਇਹ ਆਹੋ ਲੈ ਇਹਨੂੰ ਚਾਬੀ ਨਹੀਂ ਇੱਥੇ ਆਈ ਹੋਣੀ ਆ ਬੱਬੂ ਦੇ ਭਾਪੇ ਵੀ ਲੱਗਦਾ ਤੈਨੂੰ ਚਾਬੀ ਨਹੀਂ ਇੱਥੇ ਆਈ ਚਾਬੀ ਦੌੜੇ ਥੱਲੇ ਪਈ ਆ ਗੜ ਵਿੱਚ ਪੈਸੇ ਪਏ ਆ ਚਾਬੀ ਤਾਂ ਭਾਲ ਲਈ ਮੈਂ ਆਵੇਂ ਸਹੋ ਸਹੀ ਹੋਇਆ ਪਿਆ ਮਗਰ ਜਾਂਦੀ ਆ ਫਿਰ ਡੇਰੇ ਹੈ ਹੋਰ ਦੱਸ ਕੇ ਤਾਂ ਗਈ ਆ ਵੀ ਜਾਣਾ ਤਿੰਨ ਦਿਨ ਦੀ ਸੇਵਾ ਲਈ ਅੱਛਾ ਹਾਂ ਤੂੰ ਵੀ ਜਾਣਾ ਤੇਰਾ ਦਿਲ ਕਰਦਾ ਤੂੰ ਵੀ ਹੋ ਜਾ ਤੇ ਟਰਾਲੀ ਇਹਦੇ ਸਲਾਮੇ ਹੀ ਆ ਕੰਜ ਲੈਦਾ ਨਹੀਂ ਸਰਦਾ ਭਾਈ ਮੈਂ ਤਾਂ ਕਬੀਲਦਾਰ ਆ ਟਰਾਲੀ ਆਉਗੀ ਇਧਰੋਂ ਹੈ ਹੋ ਟਰਾਲੀ ਆਉਣੀ ਉੱਤੇ ਬੈਠ ਕੇ ਜਾਵਾਂਗੇ ਕਾ ਕਿਦਨ ਲਾ ਕੇ ਆਉਂਗੀ ਆ ਤਿੰਨ ਦਿਨ ਹੈ ਤਿੰਨ ਦਿਨ ਲੈ ਮੈਨੂੰ ਲੱਗਦਾ ਇਹਦਾ ਵੀ ਦਿਲ ਕਰ ਲਾ ਪਿਆ ਸੇਵਾ ਤੇ ਜਾਣ ਨੂੰ ਇਹ ਵੀ ਜਾਊਗਾ ਚੱਲ ਇਹ ਵੀ ਵਧੀਆ ਹੋ ਗਿਆ ਹਨਾ ਸੱਤ ਹੋਰ ਅਸਨੇ ਵੀ ਕਰੇ ਹੋਰ ਕੀ ਹੋਰ ਸੁਧਰ ਸਕਦਾ ਹੁਣ ਦੇ ਦੇਗਾ ਆਪਦੀ ਧੀ ਮੈਨੂੰ ਰੋਕ ਲੈ ਮੇਰੇ ਤੇ ਨਾ ਰੋਕ ਜਾ